ਮੁੱਖ ਮੰਤਰੀ ਸਾਹਿਬ ਦੇ ਨਾਲ ਜਿਹੜੇ ਉਹਨਾਂ ਦੇ ਅਨਮੋਲ ਹੀਰੇ ਵਜ਼ੀਰ ਸਾਹਿਬਾਨ ਖਲੋਤੇ ਸੀ, ਉਹਨਾਂ ਬਾਰੇ ਮੈਂ ਟਵੀਟ ਇਹ ਪਾਈ ਸੀ ਔਰ ਬੜਾ ਸਪਸ਼ਟ ਕਿਹਾ ਸੀ ਕਿ ਜਦ ਮੈਂ ਉਹ ਸਬੂਤ ਤੁਹਾਡੇ ਅੱਗੇ ਰੱਖੂੰਗਾ ਤੇ ਤੁਸੀਂ ਇਹਦੇ ਨਾਲ ਫੋਟੋ ਖਿਚਾਉਣੀ ਕੀ ਹੱਥ ਮਿਲਾਉਣਾ ਵੀ ਪਸੰਦ ਨਹੀਂ ਕਰੂੰਗਾ, ਔਰ ਅੱਜ ਵੀ ਮੈਂ ਉਸ ਗੱਲ ਤੇ ਖਲੋਤਾ। ਮੈਂ ਸਮਝਿਆ ਕਿ ਇਹੀ ਭਾਸ਼ਾ ਸ਼ਾਇਦ ਬਦਲਾਅ ਵਾਲੀ ਸਰਕਾਰ ਨੂੰ ਸਮਝ ਆਉਂਦੀ ਹੈ, ਤਾਂ ਮੈਂ ਦੂਜੀ ਟਵੀਟ ਪਾਈ ਕਿ ਚੀਫ ਮਿਨਿਸਟਰ ਸਾਹਿਬ ਮੇਰੇ ਕੋਲ ਇੱਕ ਤੁਹਾਡੇ ਲਈ ਕੋਈ ਚੀਜ਼ ਦੇਣ ਨੂੰ ਹੈ। ਚਲੋ ਇਹ ਤਾਂ ਥੋੜ੍ਹਾ, ਕਿਉਂਕਿ ਦੀਵਾਲੀ ਦੇ ਦਿਨ ਸੀ, ਮੈਨੂੰ ਸੀਗਾ ਕਿ ਮੁੱਖ ਮੰਤਰੀ ਨੂੰ ਕਈ ਵਧਾਈ ਦੇ ਰਹੇ ਅਤੇ ਮੈਂ ਵੀ ਲਿਆ ਕੇ ਆਪਦਾ ਗਿਫਟ ਰੱਖਦਿਆਂ, ਆਹ ਗਿਫਟ ਇੱਥੇ ਹੀ ਪਿਆ ਨਾ ਮੈਂ ਖੋਲ੍ਹਿਆ, ਇਹ ਗਿਫਟ ਉਹਨਾਂ ਵਾਸਤੇ ਹੈ। ਔਰ ਮੈਂ ਇਹ ਵੀਡੀਓ ਮੈਂ ਤੁਹਾਨੂੰ ਦੱਸ ਰਿਹਾ, ਇਹ ਕਾਲਾ ਵਜ਼ੀਰ ਦੀ ਹੈ ਔਰ ਜੋ ਵਜ਼ੀਰ ਉਹਦੇ 'ਚ ਹਰਕਤ ਕਰ ਰਿਹਾ, ਮੈਂ ਸਮਝਦਾ ਕਿ ਉਹ, ਮੈਂ ਤੁਹਾਨੂੰ, ਇਟ ਇਜ਼ ਸੋ ਸ਼ੇਮਫੁੱਲ। ਮਤਲਬ ਨੈਤਿਕਤਾ ਦੇ ਆਧਾਰ 'ਤੇ ਇੱਕ ਬੰਦਾ ਮੋਰਲੀ ਐਡਾ ਕਰਪਟ ਹੋ ਸਕਦਾ? ਹਰ ਤਰੀਕੇ ਨਾਲ ਕਰਪਟ ਹੈ, ਪੈਸੇ ਦੇ ਤੌਰ 'ਤੇ ਮੋਰਲੀ ਕਰਪਟ ਹੈ। ਕੀ ਉਹੋ ਜਿਹਾ ਬੰਦਾ ਪੰਜਾਬ ਦੀ ਵਜ਼ਾਰਤ 'ਚ ਉਹਦਾ ਰਹਿਣਾ ਠੀਕ ਹੈ? ਬੜਾ ਹੀ ਖਤਰਨਾਕ ਕੰਮ ਹੈ, ਇਹ ਮਜ਼ਾਕ ਦੀ ਗੱਲ ਨਹੀਂ। ਮਗਰ ਇਹ ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਸੀਐਮ ਸਾਹਿਬ ਕੋਲ ਖਬਰ ਵੀ ਹੈ, ਉਹ ਬੰਦਾ ਕੌਣ ਹੈ, ਉਹਨੂੰ ਆਪ ਤੋਰ ਦਿਓ, ਐਵੇਂ ਜਲੂਸ ਨਾ ਕਢਾਇਓ, ਕਿਉਂਕਿ ਇਹਦੇ ਨਾਲ ਜਲੂਸ ਇਕੱਲਾ ਸਰਕਾਰ ਦਾ ਨਹੀਂ ਪੰਜਾਬੀਆਂ ਦਾ ਵੀ ਅੱਜ ਹੋਲ ਨਿਕਲਣਾ, ਕੀ ਕਰਦੇ ਕੀ ਫਿਰਦੇ। ਸੋ ਨਾ ਤੁਹਾਡੇ ਸਾਹਮਣੇ ਨਹੀਂ ਖੋਲ ਰਿਹਾ, ਕਿੱਥੇ ਕੋਈ ਕਵੇ ਚੀਜ਼ ਮੇਰੀ ਸੀ ਅਤੇ ਕੋਲ ਮਜੀਠੇ ਨੇ ਦਿੱਤੀ, ਆ ਜੀ ਦੇਖਣੀ ਤਾਂ ਨਹੀਂ ਤੁਸੀਂ, ਨਾ ਚਲਾ ਤੁਸੀਂ ਦਿਓ, ਮੈਂ ਤੁਹਾਨੂੰ ਦੇ ਦਿੰਦਾ, ਜਿਹਨੇ ਚਲਾਉਣੀ ਹੈ ਚਲਾ ਦੇਵੇ, ਮੁੜ ਕੇ ਦੇਖੋ ਇਹ ਤਾਂ। ਹਾਂ ਇੰਨਾ ਮੈਂ ਜ਼ਰੂਰ ਦੱਸ ਦੇਣਾ ਤੁਹਾਨੂੰ, ਜੇ ਇਹਨੇ ਨਾ ਐਕਸ਼ਨ ਲਿਆ ਫਿਰ ਉਹ ਲੈ ਜਾਵਾਂਗੇ ਸੈਂਸਰ ਬੋਰਡ ਕੋਲ, ਫਿਲਮ ਬੋਰਡ ਵਾਲਿਆਂ ਕੋਲ, ਉਹਨਾਂ ਨੂੰ ਪੁੱਛ ਲਾਂਗੇ ਕੀ ਕੁਛ ਹੁੰਦਾ। ਹਾਂਜੀ ਉਹ ਬੰਦਾ ਮਾਲਵੇ 'ਚ ਵੀ ਭੱਜਿਆ ਫਿਰਦਾ, ਮਾਝੇ 'ਚ ਵੀ ਭੱਜਿਆ ਫਿਰਦਾ, ਦੁਆਬੇ 'ਚ ਵੀ ਭੱਜਿਆ ਫਿਰਦਾ, ਤੁਹਾਡੇ ਵਿੱਚ ਵੀ ਭੱਜਿਆ ਫਿਰਦਾ, ਬਾਜੋ ਮੈਂ ਤਾਂ ਇੰਨੀ ਕਹਿ ਸਕਦਾਗਾ, ਬਾਜੋ ਜਿਹੜਾ ਬਚ ਸਕਦਾ। ਇਹ ਕਟਾਰੂ ਚੱਕ ਦਾ ਵੀ ਤੋਂ ਵੀ ਖਤਰਨਾਕ, ਮੇਰਾ ਵੀ ਮੈਨੂੰ ਕੋਈ ਸ਼ੌਂਕ ਨਹੀਂ ਇਹੋ ਜਿਹਾ ਕੰਟੈਂਟ ਵੇਖਣ ਦਾ, ਮੈਂ ਤਾਂ ਮਾੜਾ ਜਿਹਾ ਜਦੋਂ ਮੈਨੂੰ ਕਿਸੇ ਨੇ ਇਹ ਮੈਨੂੰ ਦਿੱਤੀ, ਠੀਕ ਹੈ ਜੀ, ਮੈਂ ਕਿਤੇ ਗਿਆ ਹੋਇਆ ਸੀ ਪਬਲਿਕ ਫੰਕਸ਼ਨ 'ਤੇ, ਮੈਨੂੰ ਕਹਿੰਦੇ ਜੀ ਆਹ ਰੱਖ ਲਓ, ਇਹ ਇੱਕ ਉਹਦੇ 'ਚ ਸੀ ਆਪਣਾ ਐਨਵਲੋਪ 'ਚ, ਮੈਂ ਕਿਹਾ ਕੀ ਆ ਮੇਰਾ ਵੀ, ਉਹਨੇ ਖੋਲ੍ਹ ਕੇ ਮੈਨੂੰ ਵਿਖਾਈ, ਕਹਿੰਦਾ ਆਹ ਰੱਖ ਲਿਓ, ਇਹ ਬਹੁਤ ਖਤਰਨਾਕ ਬੰਦਾ ਹੈ, ਐਂਡ ਅਸੀਂ ਆਸ ਕਰਾਂਗੇ ਤੁਸੀਂ ਇਹਨੂੰ ਪਬਲਿਕ ਫੋਰਮ 'ਤੇ ਲੈ ਕੇ ਜਾਓਗੇ। ਚਲੋ ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰਾ ਵੀ ਰਾਇ ਨਹੀਂ, ਮੈਨੂੰ ਵਿਖਾ ਕੀ ਆ। ਫਿਰ ਇੱਕ ਕੰਪਿਊਟਰ ਲਿਆਏ, ਉਹਦੇ 'ਚ ਉਹਨੇ ਮੈਨੂੰ ਇੱਕ ਕਲਿੱਪ ਦਿਖਾਈ, ਉਹਦੇ ਫੋਨ 'ਤੇ ਵੀ ਸੀ ਅਤੇ ਮੈਨੂੰ ਉਹ ਵੀ ਵਿਖਾਈ। ਫਿਰ ਮੈਂ ਉਦੋਂ ਕਿਹਾ ਬੰਦ ਕਰ ਦੇ, ਮੈਂ ਕਿਹਾ ਫੜਾ ਦੇ, ਔਰ ਮੈਂ ਦੋ ਤਿੰਨ ਵਾਰੀ ਤੁਹਾਡੇ ਅੱਗੇ ਜ਼ਿਕਰ ਕੀਤਾ ਕਿ ਇਸ ਲਈ ਜ਼ਿਕਰ ਕੀਤਾ ਕਿ ਸੀਐਮ ਸਾਹਿਬ ਦਾ ਤਾਂ ਐਡਾ ਇੰਟੈਲੀਜੈਂਸ ਓਪਰੇਟਰਸ ਆ, ਜਦੋਂ ਕਿਸੇ ਨੂੰ ਵਿਰੋਧੀ ਨੂੰ ਚੁੱਕਣਾ ਹੁੰਦਾ ਘਰੋਂ, ਉਦੋਂ ਤਾਂ ਇਹਨਾਂ ਨੂੰ ਸਭ ਪਤਾ ਲੱਗ ਜਾਂਦਾ ਕਿ ਕਿੰਨੇ ਵਜੇ ਸੁੱਤਾ ਸੀ, ਕਿੰਨੇ ਵਜੇ ਇਹਨੇ ਉੱਠਣਾ, ਕੀ ਕਰਨਾ ਕੀ ਨਹੀਂ ਕਰਨਾ। ਵਿਚਾਰੇ ਨੂੰ ਹਲੇ
ਪਾਣੀ ਦਾ ਗਲਾਸ ਨਹੀਂ ਪੀਣ ਦਿੰਦੇ, ਉਦੋਂ ਚੁੱਕ ਕੇ ਲੈ ਜਾਂਦੇ। ਅਤੇ ਆ ਤਾਂ ਇੰਨਾ ਕੁਛ ਦੱਸਣ ਤੋਂ ਬਾਅਦ 15-20 ਦਿਨ ਤੋਂ ਰੌਲਾ ਪੈਣ ਡਿਆ। ਮੈਂ ਸੋਚਿਆ ਕੁਛ ਕਰ ਦੇਣਗੇ, ਮਗਰ ਹੈ ਹੀ ਨਹੀਂ ਮਨਸ਼ਾ। ਕਲੀਨ ਚਿੱਟ ਦੇਣ ਦੀ ਲੱਗਦਾ ਮਨਸ਼ਾ, ਮਗਰ ਮੈਨੂੰ ਨਹੀਂ ਸਮਝ ਆਉਂਦੀ ਇਹ 'ਚ ਕਲੀਨ ਚਿੱਟ ਦਿੱਤਾ ਕਿਵੇਂ ਜਾਊ।